ਅੰਮ੍ਰਿਤਸਰ ਸਾਹਿਬ ਦੇ ਵਿੱਚ ਅਕਾਲੀ ਦਲ ਦੇ ਬਿਕਰਮਜੀਤ ਸਿੰਘ ਮਜੀਠੀਆ ਜੀ ਨੇ ਇੱਕ ਪ੍ਰੈਸ ਕਾਨਫਰੰਸ ਰੱਖੀ, ਆਪ ਦੇਖਦੇ ਕੀ ਕਹਿ ਰਹੇ ਹੋ? ਕਿ ਜਿਹੜੇ ਕੱਟੜ ਬੇਈਮਾਨ ਸਰਕਾਰ, ਔਰ ਮੈਂ ਅੱਜ ਕਹਿ ਸਕਦਾ ਕਿ ਇਹ ਭਗਵੰਤ ਸਿੰਘ ਮਾਨ ਦੀ ਸਰਕਾਰ ਨਹੀਂ, ਇਹ ਬੇਈਮਾਨ ਸਿੰਘ ਮਾਨ ਦੀ ਸਰਕਾਰ। ਇਹ ਕਿਸ ਤਰੀਕੇ ਨਾਲ ਝੂਠ ਬੋਲਦੇ ਆ ਅਤੇ ਸਮਝਦੇ ਆ ਕਿ ਸਾਰੇ ਇਹਨਾਂ ਵਾਂਗੂ ਕਿੱਥੇ ਅਨਪੜ੍ਹ ਆ, ਇਹਨਾਂ ਨੂੰ ਸਮਝ ਕੁਛ ਨਹੀਂ ਆਉਂਦੀ। ਵੈਸੇ ਤਾਂ ਮੈਂ ਧੰਨਵਾਦ ਕਰਨਾ ਚਾਹੁੰਦਾ ਕਿ ਹਾਰੇ ਹੋਏ ਜਰਨੈਲ ਵੀ ਇੰਨਾ ਦਿਮਾਗ 'ਤੇ ਬੋਝ ਪਾ ਸਕਦੇ ਆ, ਮੈਂ ਕਦੇ ਸੋਚ ਨਹੀਂ ਸਮਝਦਾ ਸੀ। ਕੱਲ੍ਹ ਪ੍ਰੈਸ ਕਾਨਫਰੰਸ ਕਰਨ ਗਏ ਮਾਈਨਿੰਗ ਦੀ ਸ਼ੁਰੂਆਤ ਦੀ, ਅਤੇ ਸਾਰੀ ਪ੍ਰੈਸ ਤਾਂ ਮਜੀਠੇ 'ਤੇ ਜ਼ੋਰ ਲਾ ਛੱਡਿਆ ਸਰ। ਇੱਕ ਪਾਸਿਓਂ ਕਹੀ ਜਾਂਦਾ ਹਾਰਿਆ ਹੋਇਆ ਜਰਨੈਲ, ਚੱਲ ਤੂੰ ਭਾਊ ਜਰਨੈਲ ਤਾਂ ਮੰਗਿਆ ਨਾ, ਮੰਨਿਆ ਸਾਨੂੰ, ਅਸੀਂ ਨਹੀਂ ਮੰਨਦੇ ਆਪਦੇ, ਅਸੀਂ ਤਾਂ ਝਾੜੂ ਬਰਦਾਰ ਹਾਂ ਲੋਕਾਂ ਦੇ, ਮਗਰ ਮਨ 'ਤੇ ਇਸ ਤਰੀਕੇ ਦਾ ਹਾਰਾ ਹੋਇਆ ਬੰਦਾ ਤੇਰੇ ਦਿਮਾਗ 'ਤੇ ਐਡਾ ਬੋਝ ਪਾ ਦੇਵੇ ਕਿ ਤੂੰ ਸਾਰੀ ਪ੍ਰੈਸ ਕਾਨਫਰੰਸ 'ਚ ਮੇਰੇ 'ਤੇ ਜ਼ੋਰ ਲਾ ਛੱਡੀ। ਔਰ ਵੇਖੋ, ਮੈਂ ਕਿਸੇ ਦੇ ਬਾਰੇ ਪਰਸਨਲ ਟਿੱਪਣੀ ਕਰਨ ਤੋਂ ਬੜਾ ਗੁਰੇਜ ਕਰਦਾ ਕਿ ਛੱਡੋ ਪਰਾਂ, ਮਗਰ ਮੁੱਖ ਮੰਤਰੀ ਸਾਹਿਬ ਟਲੇ ਨਹੀਂ। ਚਲੋ ਮੈਂ ਹਾਲੇ ਤਾਂ ਗੁਰੇਜ ਕਰਦਾ, ਅੱਜ ਮੈਂ ਮੁੱਦੇ ਦੀ ਗੱਲ ਕਰੂੰ, ਮਗਰ ਜੇ ਨਾ ਹਟੇ ਤਾਂ ਫਿਰ ਮੇਰੇ ਕੋਲ ਵੀ ਗੱਲਾਂ ਬੜੀਆਂ ਜੋ ਲੋਕੀ ਕਰਦੇ ਆ ਪੰਜਾਬ ਦੇ। ਮੈਂ ਥੋੜ੍ਹੀ ਜਿਹੀ ਗੱਲ ਕਰੂੰਗਾ ਜਿਹੜੀ ਲੋਕ ਪੰਜਾਬ ਦੀ ਪੁੱਛਦੇ। ਜੇ ਬੰਦਾ ਇਹਦੀ ਉਮਰ ਹਾਲੇ ਆਪਦੀ ਧੀ ਦਾ ਪੱਲਾ ਫੜਾਉਣ ਦਾ ਹੋਵੇ, ਉਹ ਧੀ ਦਾ ਪੱਲਾ ਤਾਂ ਫੜਾਵੇ ਨਾ, ਹੋਰ ਧੀ ਦੀ ਉਮਰ ਦਾ ਪੱਲਾ ਫੜ ਲਿਆਵੇ, ਉਹ ਗੱਲਾਂ ਮੈਨੂੰ ਕਰੂਗਾ? 40 ਗੱਲ ਮੈਂ ਤੂੰ ਦੇ ਦਿੱਤੇ ਬਦਲੇ ਦਿੱਤੇ ਫਿਰ। ਇਸ ਲਈ ਇਹ ਗੱਲਾਂ ਨਾ ਕਰੋ, ਮੁੱਦੇ ਦੀ ਗੱਲ ਕਰੋ। ਮੈਂ ਮੁੱਦੇ ਦੀ ਗੱਲ ਕਰ ਰਿਹਾ, ਮੈਂ ਦਸਤਾਵੇਜ਼ਾਂ ਨਾਲ ਗੱਲ ਕਰ ਰਿਹਾ। ਮੇਰੇ 'ਤੇ ਜੇ ਮੈਨੂੰ ਕਹਿੰਦਾ ਨਾ, ਰਿਪੋਰਟਾਂ ਖੁੱਲ੍ਹ ਜਾਣਗੀਆਂ, ਜਾ ਜੇ ਆਪਦੇ ਤੂੰ ਪਿਓ ਦਾ ਖੋਰ ਰਿਪੋਰਟ ਦੇ ਮਜੀਠੀਆ 'ਤੇ ਕਾਰਵਾਈ ਪਰਚਾ, ਮਜੀਠੀਆ ਇੱਥੇ ਝੱਲੂ। ਇਹ ਕਮਾਲ ਦੀ ਗੱਲ ਹੈ, ਜਿਹੜੀ ਰਿਪੋਰਟ ਤੁਹਾਡੇ ਮਤਲਬ ਸੀ ਉਹ ਖੋਲ੍ਹਤੀ, ਬਾਕੀਆਂ ਨਹੀਂ ਖੋਲ੍ਹਦੇ। ਮੈਨੂੰ ਕਿਸੇ ਰਿਪੋਰਟ ਦਾ ਕੋਈ ਚੜੀ ਲੱਥੀ ਨਹੀਂ, ਸਾ ਜਿੱਤ ਸੱਚਾਈ ਦੀ ਹੋਣੀ ਹੈ। ਪਹਿਲਾਂ ਵੀ ਰਿਪੋਰਟ ਦਾ ਫੈਸਲਾ ਹਾਈਕੋਰਟ ਨਹੀਂ ਦਿੱਤਾ ਨਾ, ਕਹਿੰਦਾ ਬੇਲ 'ਤੇ ਆ ਜੀ ਇਹ, ਪੁੱਛ ਕੇ ਬੋਲੇ। ਕਿਉਂ ਤੈਨੂੰ ਪੁੱਛ ਕੇ ਬੋਲੂੰਗਾ ਹੁਣ ਮੈਂ, ਵੇਖ ਕੇ ਬੋਲੇ। ਤੇਰਾ ਸਤਿੰਦਰ ਜੈਨ ਤਾਂ ਅੰਦਰ ਪਿਆ, ਉਹ ਬੋਲੀ ਜਾਵੇ ਜੋ ਮਰਜ਼ੀ, ਮਜੀਠੀਆ ਪੁੱਛ ਕੇ ਬੋਲੇ ਕਿ ਤੇਰੇ ਤੋਂ ਮੈਨੂੰ ਹਰੀ ਝੰਡੀ ਲੈਣੀ ਪੈਣੀ ਆ। ਹਾਈਕੋਰਟ ਨੇ ਦਿੱਤੀ ਆ, ਤੇਰੇ ਭਾਪੇ ਕੇਜਰੀਵਾਲ ਨੇ ਨਹੀਂ ਮੈਨੂੰ ਬੇਲ ਦਿੱਤੀ, ਉੱਧਰ ਲਿੜਕਾ ਐਨ ਲਿਲਕਰੀਆਂ ਕੱਢ ਕੇ ਮਾਫ਼ੀ ਮੰਗ ਕੇ ਗਿਆ ਸੀ। ਠੋਕ ਕੇ ਬੋਲੂੰ, ਸੱਚ ਬੋਲਦਾ, ਬੇਖੌਫ ਹੋ ਕੇ ਬੋਲੂੰ, ਅਤੇ ਜੋਧਰ ਜ਼ੋਰ ਲੱਗਦਾ ਝੰਡਿਆ ਜ਼ੋਰ ਲਾ ਲਾ। ਉਹੀ ਝੰਡਾ ਨਾ ਤੂੰ ਜਿਹਨੂੰ ਮਜੀਠੀਏ ਨੇ ਟੋਲ ਟੈਕਸ 'ਚ, ਜਦੋਂ ਤੂੰ 6 ਵਜੇ ਸਵੇਰੇ ਸ਼ਰਾਬ ਪੀਤੀ ਸੀ ਅਤੇ ਤੈਨੂੰ ਡੇਰਾਬਸੀ ਦੇ ਟੋਲ ਟੈਕਸ ਤੋਂ ਛਡਾਇਆ ਸੀ SSP ਨੂੰ ਕਹਿ ਕੇ, ਅੱਜ ਮੈਨੂੰ ਗੱਲਾਂ ਕਰਦਾ। ਇਸ ਲਈ ਮੈਂ ਇਹ ਪਰਸਨਲ ਗੱਲਾਂ ਕਰਨਾ ਨਹੀਂ ਚਾਹੁੰਦਾ ਕਿਸੇ ਬਾਰੇ, ਮਗਰ ਜੇ ਤੁਸੀਂ ਪੰਜਾਬ ਦੀ ਗੱਲ ਛੱਡ ਕੇ ਪਰਸਨਲ ਮੁੱਦਿਆਂ 'ਤੇ ਆਉਂਗੇ ਤਾਂ ਫਿਰ ਭੁਗਤਣੀਆਂ ਪੈਣੀਆਂ, ਬਚ ਕੇ ਰਹੋ। ਆਹ ਸੁਣ ਲਓ ਜੀ, ਅੱਜ 10-12 14 ਨੂੰ ਸੀਗੀ, ਉੱਥੇ ਹੀ ਜਾਊਂਗਾ, ਨਾਲੇ ਸਮਾਨ ਵੀ ਲਿਆਉਂਗਾ, ਮੰਗਲਵਾਰ ਹੀ ਚਲਾਉਂਦਾ। ਐਮਐਲਏ ਬੋਲ ਰਿਹਾ, 92 ਵਾਲਾ ਮੈਸੇਜ, ਆਹੋ ਐਮਐਲਏ ਬੋਲ ਰਿਹਾ, ਆਪਦਾ ਨੰਬਰ ਦੱਸ ਰਿਹਾ। ਤੇ ਜਿਹੜਾ ਵਿਜੀਲੈਂਸ ਨੇ ਪਰਚਾ ਦਿੱਤਾ ਹੈ ਉਹਦੇ 'ਚ ਵਿਜੀਲੈਂਸ ਲਿਖ ਰਹੀ ਹੈ ਕਿ PA, ਵਿਜੀਲੈਂਸ ਲਿਖ ਰਹੀ ਹੈ PA, ਉਹ ਕਾਗਜ਼ ਬਣਾਈ, ਉਹ ਕੱਲ੍ਹ ਮੈਨੂੰ ਆਈ ਸੀ ਵਟਸਐਪ, ਜਿਹ 'ਚ ਵਿਜੀਲੈਂਸ ਲਿਖ ਰਹੀ ਹੈ ਕਿ PA ਜਿਹੜਾ ਹੈ ਇਹ ਐਮਐਲਏ ਦਾ,
ਨੋ ਵਿਜੀਲੈਂਸ ਕਹਿ ਰਹੀ ਹੈ ਸਰ ਪੀ ਏ ਆਫ ਐਮ ਐਲ ਏ ਪਰਚਾ ਪੜ੍ਹੋ ਬੜੇ ਧਿਆਨ ਨਾਲ ਮੈਂ ਤੁਹਾਨੂੰ ਪੜ੍ਹ ਦਿੰਦਾ ਆਪਣੇ ਤਾਂ ਯਾਰ ਕਾਗਜ਼ ਬੋਲਦੇ ਆ ਇੱਥੇ ਥੋੜ੍ਹੀ ਭਗਵੰਤ ਤੂੰ ਨਹੀਂ ਬੋਲਦਾ ਤੇਰੇ 'ਚ ਪਤਾ ਨਹੀਂ ਕੌਣ ਬੋਲਦਾ ਆਹ ਸੱਚ ਆ ਰਹੀ ਜੇ ਐਫ ਆਈ ਆਰ ਇਹ ਕੀ ਨਾਂ ਇਹਦਾ ਰਾਸ਼ਮ ਗਰਗ ਪ੍ਰਾਈਵੇਟ ਪੀ ਏ ਹਲਕਾ ਐਮ ਐਲ ਏ ਦਿਹਾਤੀ ਜ਼ਿਲ੍ਹਾ ਬਠਿੰਡਾ ਐਫ ਆਈ ਆਰ 'ਚ ਲਿਖਿਆ ਐਫ ਆਈ ਆਰ ਦੀ ਕਾਪੀ ਭੇਜ ਦਿੰਦਾ ਜੀ ਐਫ ਆਈ ਆਰ ਦੀ ਉੱਤੇ ਕਾਪੀ ਹੈ ਐਫ ਆਈ ਆਰ ਨੰਬਰ 01 ਡੇਟਡ 16/2/23 ਜਦ ਤੁਹਾਡੀ ਵਿਜੀਲੈਂਸ ਲਿਖ ਰਹੀ ਹੈ ਭਾਈ ਸਾਡੇ ਤਾਂ ਲੈਵੇ ਪੁੱਲ 'ਚ ਹੀ ਜਾਂਦਾ ਆ ਮੈਂ ਤੁਹਾਨੂੰ ਪੀ ਇਹਦੀ ਉਹ ਭੇਜ ਦਿੰਦਾ ਥੱਲੇ ਅੱਗੇ ਫਿਰ ਗਵਰਨਮੈਂਟ ਆਫ ਪੰਜਾਬ ਆਪਦੀ ਵੈਬਸਾਈਟ 'ਤੇ ਕੀ ਕਹਿ ਰਹੀ ਹੈ ਜੀ ਵਿਜੀਲੈਂਸ ਬਿਊਰੋ ਵੱਲੋਂ ਰਿਸ਼ਵਤਖੋਰੀ ਵਿਰੁੱਧ ਜਾਰੀ ਮੁਹਿੰਮ ਦੌਰਾਨ ਬਠਿੰਡੇ ਵਿਖੇ ਇੱਕ ਪ੍ਰਾਈਵੇਟ ਵਿਅਕਤੀ ਪੰਜਾਬ ਗਵਰਨਮੈਂਟ ਕਿਸੇ ਐਮ ਐਲ ਏ ਦੀ ਸਪਸ਼ਟੀਕਰਨ ਦਿੰਦੀ ਹੈ ਇੱਥੋਂ ਹੀ ਮਿਲੀ ਭੁਗਤ ਸਾਬਤ ਹੋ ਰਹੀ ਉਹ ਲਿਖ ਰਿਹਾ ਪ੍ਰਾਈਵੇਟ ਪੀ ਏ ਐਮ ਐਲ ਏ ਦਾ ਨਾਂ ਲਿਖ ਰਿਹਾ ਦਿਹਾਤੀ ਅਤੇ ਇਹ ਆਪਦੇ ਉਹ 'ਚ ਪ੍ਰੈਸ ਕਾਨ ਏਡੀ ਇਸ ਕਿਸਮ ਦੀ ਇਹ ਕੱਟਰ ਬੇਈਮਾਨ ਲੋਕ ਲੱਗੇ ਆ ਤੇ ਕੀ ਚੱਲੂ ਵੀਡੀਓ ਵਾਇਰਲ ਹੋਈ ਆ ਉਸੇ ਡਰੈਸ 'ਚ ਇੱਕ ਡੇਢ ਘੰਟੇ ਬਾਅਦ ਇੱਕ ਵੀਡੀਓ ਆਉਂਦੀ ਜਿੱਥੇ ਐਮ ਐਲ ਏ ਸਾਹਿਬ ਕਹਿੰਦੇ ਕਿ ਇਹ ਪੁਰਾਣੀਆਂ ਸਰਕਾਰਾਂ ਸਾਨੂੰ ਬਦਨਾਮ ਕਰ ਰਹੀਆਂ ਪੈਸੇ ਉਹ ਲੈਣ 'ਤੇ ਬਦਨਾਮ ਪੁਰਾਣੀਆਂ ਸਰਕਾਰਾਂ ਕਰ ਰਹੀਆਂ ਉਹਨਾਂ ਦੀ ਸਾਜਿਸ਼ ਹੈਗੀ ਚਲੋ ਭਾਈ ਪੈਸੇ ਦਾ ਰੰਗ ਤਾਂ ਵਿਜੀਲੈਂਸ ਨੇ ਫੜਿਆ ਸੀ ਤਾਂ ਨਹੀਂ ਫੜਿਆ ਨਾ ਪੁਰਾਣੀਆਂ ਨੇ ਤਾਂ ਕਿਸੇ ਨੇ ਨਹੀਂ ਫੜਿਆ ਉਹ ਤਾਂ ਆ ਭੱਜਦੇ ਦੇ ਵੀ ਵੇਖ ਲਓ ਇਹ ਵੀ ਕਹਿਦੇ ਕਿ ਪੁਰਾਣੇ ਭਜਾਉਣ ਡੇ ਆ ਇੱਕ ਚੰਡੀ ਜੀ ਨੇ ਮਾਫੀ ਮੰਗੀ ਜਸਦਾਰ ਸਾਹਿਬ ਕੋਲ ਜਿਹੜੀ ਕੱਲ ਪੱਗ ਦੇ ਉੱਤੇ ਉਹਨਾਂ ਨੇ ਟੋਪੀ ਪਾਈ ਹਿਮਾਚਲ ਦੇ ਵਿੱਚ ਵੈਸੇ ਮੰਗਣੀ ਵੀ ਚਾਹੀਦੀ ਜੀ ਮੈਂ ਵੀ ਮਹਿਸੂਸ ਕੀਤਾ ਔਰ ਐਮ ਐਲ ਏ ਸਾਹਿਬ ਨੂੰ ਵੀ ਮੰਗਣੀ ਚਾਹੀਦੀ ਇਹ ਵੀ ਪੱਗ ਲਾ ਕੇ ਭੱਜੇ ਆ ਭਾਈ ਪੱਗ ਜੇ ਬੰਨਦੇ ਹੋ ਫਿਰ ਪੱਗ ਦਾ ਸਤਿਕਾਰ ਵੀ ਰੱਖੋ ਔਰ ਚੰਨੀ ਸਾਹਿਬ ਨੇ ਵੀ ਦੇਖੋ ਪੱਗ ਤੋਂ ਉੱਚੀ ਸ਼ਾਨ ਕੋਈ ਨਹੀਂ ਉਦੋਂ ਉਹਦੇ ਉੱਤੇ ਟੋਪੀ ਰੱਖਣੀ ਚਲੋ ਉਹਨਾਂ ਨੇ ਆਪਦੀ ਗਲਤੀ ਦਾ ਅਹਿਸਾਸ ਕੀਤਾ ਇਹਦੇ ਬਾਰੇ ਜਥੇਦਾਰ ਸਾਹਿਬ ਕਹਿ ਸਕਦੇ ਆ ਕੀ ਆ ਬਟ ਇਹ ਨਹੀਂ ਇਹ ਚੀਜ਼ਾਂ ਠੀਕ ਨਹੀਂ ਆ ਐਮ ਐਲ ਏ ਸਾਹਿਬ ਭੱਜਦੇ ਵੇਖੋ ਕਿਵੇਂ ਹੁਣ ਇਹ ਵੀ ਕਹਿ ਦੇਵੇ ਕਿ ਜੇ ਫਲਾਣੇ ਨੇ ਭਜਾਇਆ ਮੈਨੂੰ ਕੰਮ ਪੁੱਠੇ ਤੁਸੀਂ ਕਰੋ ਤੇ ਲੋਕਾਂ ਨੇ ਭਜਾਉਣਾ ਲੋਕ ਭਜਾਉਣ ਡੇ ਤੁਹਾਨੂੰ ਇਸ ਤੋਂ ਥੋੜਾ ਹਟ ਕੇ ਸਵਾਲ ਹੈ ਜੀ ਪੰਜਾਬ ਅਲਕਲਾਈਜ਼ ਕੈਮੀਕਲ ਲਿਮਟਿਡ ਦਾ ਰੌਲਾ ਪੈ ਰਿਹਾ ਜੀ 1000 ਕਰੋੜ ਦੀ ਅੱਜ ਨਾ ਕਰੋ ਅੱਜ ਦਾ ਕੰਮ ਸਿਰਫ ਤੇ ਸਿਰਫ ਰਕੇਸ਼ ਚੌਧਰੀ ਦਾ ਧੰਨਵਾਦ ਜਿਹਨੇ ਸੱਚ ਲੋਕਾਂ ਦੇ ਅੱਗੇ ਰੱਖਿਆ ਕਦੋਂ ਆਪ 'ਚ ਸ਼ਾਮਿਲ ਹੋਇਆ ਕਦੋਂ ਛੱਲੇ ਨੂੰ ਛੱਡਿਆ ਉਹਦੀ ਤਰੀਕ ਦੱਸ ਦੇਵੇ ਸਾਨੂੰ ਤੇ ਕਿੰਨੇ 'ਚ ਗੱਲ ਮੁੱਕੀ ਕਿ ਹਾਈ ਕੋਰਟ 'ਚ ਤੂੰ ਕਹਿੰਦਾ ਮੈਂ ਛੱਡ ਕੇ ਰਾਜੀ ਹੈ ਕਹਿੰਦੇ ਨਹੀਂ ਅਸੀਂ ਛੱਡਣ ਨਹੀਂ ਦੇਣਾ ਤੈਨੂੰ ਕੰਮ ਤੇਰੇ ਤੋਂ ਕੰਮ ਕਿਉਂ ਕਰਾਉਂਦੇ ਆ ਤੂੰ ਇਹਨਾਂ ਨੂੰ ਕੀ ਦਿੰਦਾ ਹੁਣ ਮਾੜਾ ਜਿਹਾ ਹੌਲੀ ਦੇਣੀ ਉਹ ਵੀ ਦੱਸ ਦੇ ਤੇ ਕਹਿੰਦਾ ਮੇਰੇ 'ਤੇ ਪਰਚਾ ਕੋਈ ਨਹੀਂ ਮੈਂ ਤੁਹਾਨੂੰ ਤਰੀਕ ਵੀ ਦੱਸਤੀ ਕਿ ਹਾਲੇ ਤਾਂ ਹਾਈ ਕੋਰਟ ਨੇ ਉਹ ਕੋਰਟ ਨੇ ਬੇਲ ਵੀ ਨਹੀਂ ਦਿੱਤੀ ਉਹ ਪਰਚੇ 'ਚ ਇਕਬਾਲ ਸਿੰਘ ਦੇ ਨਾਲ ਹੈ ਇਸ ਲਈ ਝੂਠ ਦਾ ਇਹ ਪਰਦਾ ਫਾਸ਼ ਕਰਨਾ 'ਚ ਮੁਕਸਦ ਸੀ ਔਰ ਕੁਛ ਨਹੀਂ ਥੈਂਕ ਯੂ